ਉਪਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਇਹਨਾਂ ਦਿਨਾਂ ਸਾਡੇ ਵਾਲਾ ਸਿੰਗਰ ਸ਼ੈਰੀਮਾਨ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਰਹੀ ਹੈ। ਖਬਰ ਹੈ ਕਿ ਦੁਗਰੀ ਵਿੱਚ ਚੱਲ ਰਹੇ ਸ਼ੈਰੀਮਾਨ ਦੇ ਪ੍ਰੋਗਰਾਮ ਵਿੱਚ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਇੱਕ ਨੌਜਵਾਨ ਸਟੇਜ 'ਤੇ ਚੜ ਗਿਆ। ਉਹ ਨੌਜਵਾਨ ਸ਼ੈਰੀਮਾਨ ਦੇ ਨਾਲ ਫੋਟੋ ਖਿਚਵਾਉਣਾ ਚਾਹੁੰਦਾ ਸੀ। ਮੌਕੇ 'ਤੇ ਮੌਜੂਦ ਬਾਊਂਸਰ ਨੇ ਸਟੇਜ 'ਤੇ ਚੜ ਕੇ ਉਸ ਨੌਜਵਾਨ ਨੂੰ ਧੱਕਾ ਦੇ ਦਿੱਤਾ, ਜਿਸ ਵਜ੍ਹਾ ਦੇ ਨਾਲ ਉਸਦੀ ਪੱਗ ਲੱਥ ਗਈ। ਇਸ ਤੋਂ ਬਾਅਦ ਨੌਜਵਾਨ ਦੇ ਨਾਲ ਆਏ ਦੂਸਰੇ ਸਾਥੀਆਂ ਨੇ ਬਾਊਂਸਰ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸਤੋ, ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੋ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ।